ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਵੀ ਰਘਬੀਰ ਸਿੰਘ ਭਰੋਵਾਲ। ਦੋਸਤੋ, ਅੱਜ ਇੱਕ ਆਡੀਓ ਸੁਣੀ ਅਤੇ ਸੋਚਿਆ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਇੱਕ ਅਟਲ ਸੱਚਾਈ ਆ ਜ਼ਿੰਦਗੀ ਦੇ ਵਿੱਚ, ਇਨਸਾਨ ਕੀ ਕਰਦਾ ਅਤੇ ਕਿਹਦੇ ਪਿੱਛੇ ਪੂਰੀ ਜ਼ਿੰਦਗੀ ਦੌੜਦਾ ਰਹਿੰਦਾ। ਆਓ ਸੁਣਦੇ ਹਾਂ ਇਸ ਆਡੀਓ ਨੂੰ। ਚੜ੍ਹਦੀ ਜਵਾਨੀ ਦੇ 20 ਸਾਲ ਅੱਖਾਂ ਦੇ ਫੋਰ ਵਿੱਚ ਹਵਾ ਹੋ ਗਏ, ਫਿਰ ਸ਼ੁਰੂ ਹੋਇਆ ਨੌਕਰੀ ਲੱਭਣ ਦਾ ਨਾ ਮੁੱਕਣ ਵਾਲਾ ਸੰਘਰਸ਼। ਇਸ ਸਾਰੇ ਗਦੀ ਗੇੜ ਚੋਂ ਲੰਘਦੇ ਹੋਏ ਮਿਲਿਆ ਤਨਖਾਹ ਦਾ ਪਹਿਲਾ ਚੈੱਕ, ਬੈਂਕ ਵਿੱਚ ਜਮ੍ਹਾਂ ਹੋਇਆ, ਫਿਰ ਸ਼ੁਰੂ ਹੋਈ ਸਿਫਰਾਂ ਜੋੜਨ ਦੀ ਨਾ ਮੁੱਕਣ ਵਾਲੀ ਲੜੀ। ਰੋਜ਼ ਸਵੇਰੇ ਉੱਠ ਕੇ ਸੋਚਦਾ ਕਿ ਅੱਜ ਕੋਈ ਐਸਾ ਕੰਮ ਕਰਨਾ ਕਿ ਬੈਂਕ ਵਿੱਚ ਇੱਕ ਸਿਫਰ ਹੋਰ ਵੱਧ ਜਾਵੇ। ਇਸੇ ਚੱਕਰ ਵਿੱਚ 27 ਸਾਲਾਂ ਦਾ ਹੋ ਗਿਆ। ਫਿਰ ਚੱਕਰ ਚੱਲਿਆ ਵਿਆਹ ਦਾ, ਸੋਚਦਾ ਹੁਣ ਸਿਫਰਾਂ ਦੋਗਣੀ ਰਫਤਾਰ ਨਾਲ ਵਧਣੀਆਂ ਚਾਹੀਦੀਆਂ, 1 ਤੋਂ 2 ਜੋ ਹੋ ਗਏ। ਪਹਿਲੇ 4-5 ਸਾਲ ਖੁਸ਼ੀਆਂ ਦੇ ਪਰੀ ਲੋਕ ਵਿੱਚ ਘੁੰਮਦਿਆਂ ਫਿਰਦਿਆਂ ਨਿਕਲ ਗਏ। ਫਿਰ ਵਿਹੜੇ ਵਿੱਚ ਬੱਚੇ ਦੀ ਕਲਕਾਰੀ ਗੂੰਜੀ, ਸਾਰਾ ਕੁਝ ਬੱਚੇ ਦੇ ਭਗੂੜੇ ਤੇ ਕੇਂਦਰਿਤ ਹੋ ਗਿਆ। ਇਕੱਠੇ ਖਾਣਾ, ਪੀਣਾ, ਬੋਲਣਾ, ਗੱਲਾਂ ਕਰਨੀਆਂ, ਸਾਰਾ ਕੁਝ ਸੁਪਨਾ ਹੋ ਗਿਆ। ਗੱਡੀ ਤੇ ਘਰ ਦੀ ਕਿਸ਼ਤ, ਸਕੂਲ ਦੀਆਂ ਫੀਸਾਂ, ਪਾਰਟੀਆਂ ਦੇ ਖਰਚੇ ਤੇ ਉੱਤੋਂ ਬੈਂਕ ਅਕਾਊਂਟ ਦੀਆਂ ਸਿਫਰਾਂ ਵਧਾਉਣ ਦਾ ਨਾ ਮੁੱਕਣ ਵਾਲਾ ਫਿਕਰ। ਉਸਨੇ ਆਪਣੇ ਆਪ ਨੂੰ ਕੰਮ ਦੀ ਭੱਠੀ ਵਿੱਚ ਝੋਕ ਦਿੱਤਾ ਤੇ ਮੈਂ ਕੋਲੂ ਦਾ ਬੈਲ, ਸਵੇਰੇ ਨਿਕਲਦਾ ਤੇ ਹਨੇਰੇ ਹੋਏ ਲਾਸ਼ ਬਣ ਮੁੜਦਾ। ਪਤਾ ਹੀ ਨਾ ਲੱਗਾ ਕਦੋਂ 37 ਸਾਲਾਂ ਦਾ ਹੋ ਗਿਆ। ਘਰ ਵਿੱਚ ਹਰ ਸੁੱਖ ਸਹੂਲਤ ਮੌਜੂਦ ਸੀ, ਪਰ ਫੇਰ ਵੀ ਸਵੇਰੇ ਫਿਕਰਾਂ ਦੀ ਪੰਡ ਲੈ ਉੱਠਦਾ। ਬਿਨਾਂ ਗੱਲ ਤੋਂ ਬਹਿਸ ਝਗੜੇ ਵਿੱਚ ਬਦਲ ਜਾਂਦੀ, ਅੰਦਰ ਦਾ ਖਾਲੀਪਨ ਵੱਧਦਾ ਗਿਆ। ਉਹ ਗੱਲ ਗੱਲ ਤੇ ਚਿੜ ਜਾਂਦੀ ਤੇ ਮੈਂ ਚੁੱਪ ਰਹਿਣ ਲੱਗਾ। ਪਤਾ ਹੀ ਨਾ ਲੱਗਾ ਕਦੋਂ ਵਿਆਹ ਦੀ 10ਵੀਂ ਵਰੇਗੰਢ ਲੰਘ ਗਈ। ਨਿੱਕਾ ਬਾਲ ਸਿਆਣਾ ਹੋ ਗਿਆ ਤੇ ਨਾਲ ਇੱਕ ਤਸੱਲੀ ਇਹ ਵੀ ਸੀ ਕਿ ਬੈਂਕ ਦੀਆਂ ਸਿਫਰਾਂ ਪੂਰੀ ਰਫਤਾਰ ਨਾਲ ਵੱਧ ਰਹੀਆਂ ਸਨ। ਇੱਕ ਦਿਨ ਕੱਲਾ ਬੈਠਾ ਪੁਰਾਣੇ ਦਿਨ ਯਾਦ ਕਰਦੇ ਨੇ ਮੇਰੇ ਕੋਲੋਂ ਲੰਘਦੀ ਦਾ ਹੱਥ ਫੜ ਲਿਆ, ਆਖਿਆ ਮੇਰੇ ਕੋਲ ਬਹਿ, ਗੱਲਾਂ ਕਰੀਏ, ਨਾਲੇ ਬਾਹਰ ਚੱਲਦੇ ਆ ਕਿਤੇ ਇਕਾਂਤ ਵਿੱਚ, ਕੁਦਰਤ ਦਾ ਆਨੰਦ ਮਾਣਦੇ ਆ। ਉਹ ਖਿਜੀ ਹੋਈ ਮੁੜਕਾ ਪੂੰਝਦੀ ਕਹਿੰਦੀ, ਪੇਪਰਾਂ ਦਾ ਢੇਰ ਲੱਗਾ, ਕਿਚਨ ਠੀਕ ਹੋਣ ਵਾਲਾ ਪਿਆ ਤੇ ਤੁਹਾਨੂੰ ਰੋਮਾਂਸ ਸੁੱਝ ਰਿਹਾ। ਗੁੱਸੇ ਨਾਲ ਹੱਥ ਛੁਡਾ ਚਲੀ ਗਈ ਤੇ ਫੇਰ ਜ਼ਿੰਦਗੀ ਦੇ 45ਵੇਂ ਸਾਲ ਨੇ ਆ ਦਸਤਕ ਦਿੱਤੀ। ਐਨਕ ਲੱਗ ਗਈ, ਵਾਲ ਕਾਲੇ ਕਰਨ ਵਾਲੀਆਂ ਡਾਈਆਂ ਦੇ ਪੈਕਟਾਂ ਦੇ ਢੇਰ ਲੱਗ ਗਏ, ਨਾਲ ਹੀ ਡਾਕਟਰਾਂ ਦੇ ਚੱਕਰ, ਬਲੱਡ ਪ੍ਰੈਸ਼ਰ, ਸ਼ੂਗਰ ਤੇ ਡਾਇਟਿੰਗ ਦੇ ਝਮੇਲੇ ਵੀ ਆਣ ਪਏ। ਬੇਟੇ ਦਾ ਕਾਲਜ ਮੁੱਕਿਆ ਤੇ ਇੱਕ ਦਿਨ ਬੂਹਾ ਖੜਕਿਆ, ਡਾਕੀਆ ਸੀ, ਆਖਦਾ ਮੂੰਹ ਮਿੱਠਾ ਕਰਾਓ, ਵੀਜ਼ਾ ਲੱਗ ਗਿਆ ਜੇ। ਫਿਰ ਉਹ ਛੇਤੀ ਹੀ ਵਿਦੇਸ਼ ਉਡਾਰੀ ਮਾਰ ਗਿਆ, ਵਿਹੜਾ ਸੁੰਨਾ ਹੋ ਗਿਆ। ਇਸੇ ਵਿਹੜੇ ਵਿੱਚ ਵੱਜੀ ਪਹਿਲੀ ਕਿਲਕਾਰੀ ਦਾ ਚੇਤਾ ਆਉਂਦਿਆਂ ਦਿਲ ਨੂੰ ਧਰੂ ਜੀ ਪੈ ਜਾਂਦੀ। ਫਿਰ ਦੋਨੋਂ 50-55 ਦੇ ਗੇੜ ਵਿੱਚ ਪੈ ਗਏ। ਬੈਂਕਾਂ ਵਿੱਚ ਕਿੰਨੀਆਂ ਸਿਫਰਾਂ ਹਨ ਇਹ ਜਾਣਨ ਦੀ ਜਗਿਆਸਾ ਵੀ ਜਾਂਦੀ ਰਹੀ। ਡਾਕਟਰਾਂ ਨੇ ਤੁਰਨ ਫਿਰਨ ਦੀ ਮਨਾਹੀ ਕਰ ਛੱਡੀ। ਬਾਕੀ ਕੋਲ ਬੈਠੇ ਗਲੀ ਵਿੱਚ ਖੇਡਦੇ ਨਿਆਣੇ ਦੇਖਦਿਆਂ ਸ਼ਾਮਾਂ ਪੈ ਜਾਂਦੀਆਂ। ਇੱਕ ਦਿਨ ਫੋਨ ਦੀ ਘੰਟੀ ਵੱਜੀ, ਦੌੜ ਕੇ ਫੋਨ ਚੁੱਕਿਆ, ਦੂਜੇ ਪਾਸੇ ਬੇਟਾ ਸੀ, ਅਜੇ ਹਾਲ ਹੀ ਪੁੱਛ ਰਿਹਾ ਸੀ ਕਿ ਗੱਲ ਵਿਚਕਾਰ ਲਿਓ ਕੱਟ ਕੇ ਕਹਿੰਦਾ, ਮੈਂ ਵਿਆਹ ਕਰਾ ਲਿਆ ਤੇ ਬਾਕੀ ਜ਼ਿੰਦਗੀ ਇੱਥੇ ਰਹੂੰ। ਬੈਂਕਾਂ ਵਾਲੀਆਂ ਸਿਫਰਾਂ ਕਿਸੇ ਓਲਡ ਏਜ ਹੋਮ ਨੂੰ ਦਾਨ ਕਰ ਦੇਣਾ, ਕਿਉਂਕਿ ਮੈਨੂੰ ਉਹਨਾਂ ਦੀ ਲੋੜ ਨਹੀਂ। ਤੇ ਜੇ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਵੀ ਉੱਥੇ ਭਰਤੀ ਹੋ ਜਾਇਓ। ਫੋਨ ਹੱਥੋਂ ਛੁੱਟ ਗਿਆ, ਲੱਗਿਆ ਕੋਈ ਆਪਣਾ ਭਰੇ ਬਾਜ਼ਾਰ ਲੁੱਟ ਪੁੱਟ ਨੰਗਾ ਕਰ ਚਲਾ ਗਿਆ। ਨਾਲ ਦੀ ਨੇ ਆਵਾਜ਼ ਮਾਰੀ, ਪਾਠ ਕਰਦੀ ਨੱਸੀ ਆਈ, ਕਹਿੰਦੀ ਕੀ ਹੋਇਆ, ਕਿਹਦਾ ਫੋਨ ਸੀ? ਮੈਂ ਆਖਿਆ ਕਿਸੇ ਦਾ ਨਹੀਂ, ਤਰਲਾ ਕੀਤਾ ਕਿ ਚੱਲ ਅਜੇ ਬਾਹਰ ਚੱਲੀਏ ਕਿਤੇ, ਇਸ ਰੌਲੇ ਰੱਪੇ ਤੋਂ ਦੂਰ। ਅਜੇ ਗੱਲ ਹੀ ਕਰ ਰਿਹਾ ਸੀ ਕਿ ਮੈਨੂੰ ਆਪਣਾ ਸਰੀਰ ਠੰਡਾ ਹੁੰਦਾ ਜਾਪਿਆ। ਮੇਰਾ ਠੰਡਾ ਸੀਤ ਸਿਰ ਆਪਣੇ ਮੋਢਿਆਂ ਤੇ ਰੱਖ, ਅਥਰੂ ਵਗਾਉਂਦੀ ਆਖਣ ਲੱਗੀ, ਚਲੋ ਚੱਲੀਏ ਕਿਤੇ, ਚੱਲਣਾ ਕਿੱਥੇ, ਗੱਲਾਂ ਕਰਨੀਆਂ, ਚਲੋ ਵੀ ਹੁਣ ਚੱਲਦੇ ਨਹੀਂ, ਬੋਲਦੇ ਨਹੀਂ,
ਉਹਨੇ ਮੈਨੂੰ ਝੰਜੋੜਿਆ ਪਰ ਮੈਂ ਸ਼ਾਂਤ ਹੋ ਚੁੱਕਾ ਸੀ ਸਦਾ ਵਾਸਤੇ। ਦੋਸਤੋ, ਇਹੋ ਹੈ ਮੇਰੀ ਜ਼ਿੰਦਗੀ ਦਾ ਸਾਰੰਸ਼। ਜ਼ਿੰਦਗੀ ਤੁਹਾਡੀ ਹੈ ਤੇ ਇਸ ਦੇ ਮਾਪਦੰਡ ਵੀ ਤੁਸੀਂ ਖੁਦ ਨਿਸ਼ਚਿਤ ਕਰੋ। ਜ਼ਿੰਦਗੀ ਜਿਉਣ ਆਏ ਹੋ ਤਾਂ ਆਪਣੇ ਵਾਸਤੇ ਵੀ ਜੀਣਾ ਸਿੱਖੋ। ਇਹ ਸ਼ੁਰੂਆਤ ਅੱਜ ਤੋਂ ਹੀ ਕਰੋ ਕਿਉਂਕਿ ਕੱਲ ਕਦੀ ਨਹੀਂ ਆਵੇਗਾ। ਵਰਤਮਾਨ ਹੀ ਜ਼ਿੰਦਗੀ ਹੈ ਤੇ ਬਾਕੀ ਤੇ ਕੰਨ ਤੇ ਟੰਗੇ ਕੈਲੰਡਰ ਦੀਆਂ ਤਰੀਕਾਂ, ਕੁਝ ਲੰਘ ਗਈਆਂ ਤੇ ਕੁਝ ਆਉਣ ਵਾਲੀਆਂ। ਰੱਬ ਰਾਖਾ ਦੋਸਤੋ। ਸੋ ਦੋਸਤੋ, ਇਹ ਬਹੁਤ ਹੀ ਵਧੀਆ ਆਡੀਓ ਸੀਗੀ ਜੋ ਵਟਸਐਪ ਤੇ ਕਿਸੇ ਖਾਸ ਮਿੱਤਰ ਨੇ ਭੇਜੀ ਸੀਗੀ। ਮੈਨੂੰ ਇਸ ਅੰਕਲ ਜੀ ਦਾ ਜਾਂ ਜੋ ਸਾਡੇ ਵੀਰ ਇਹਨਾਂ ਦਾ ਨਾਂ ਤਾਂ ਨਹੀਂ ਪਤਾ, ਪਰ ਇਹਨਾਂ ਨੇ ਬਹੁਤ ਹੀ ਕਮਾਲ ਦੀ ਲਿਖੀ ਆ। ਪੂਰੀ ਜ਼ਿੰਦਗੀ ਦਾ ਸਾਰ ਇੱਕ ਨਿਚੋੜ ਤੁਹਾਨੂੰ ਇਹ 5 ਮਿੰਟਾਂ ਦੇ ਵਿੱਚ ਸੁਣਾ ਦਿੱਤਾ। ਸੋ ਉਮੀਦ ਕਰਦਾ ਵੀ ਆਪਾਂ ਇਸ ਆਡੀਓ ਤੋਂ ਕੁਛ ਨਾ ਕੁਛ ਜ਼ਰੂਰ ਸਿੱਖਾਂਗੇ। ਅੱਜ ਜ਼ਿੰਦਗੀ ਆ, ਜ਼ਿੰਦਗੀ ਨੂੰ ਵਰਤਮਾਨ ਦੇ ਵਿੱਚ ਰਹਿ ਕੇ ਜਿਉਣਾ ਸਿੱਖੋ। ਜੋ ਅੱਜ ਆ ਉਹਨੂੰ ਇੰਜੋਏ ਕਰੋ ਤੇ ਅੱਜ ਨੂੰ ਅੱਜ ਦੀ ਤਰ੍ਹਾਂ ਜਿਉ। ਤੇ ਬਾਕੀ ਦੋਸਤੋ, ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਨਾਲ ਆ ਤੇ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਸਦਾ ਖੁਸ਼ ਰਹੋ, ਕਿਸੇ ਦਾ ਦਿਲ ਨਾ ਦਿਖਾਓ। ਤੇ ਮਿਲਦੇ ਹਾਂ ਦੋਸਤੋ ਬਹੁਤ ਜਲਦੀ ਇੱਕ ਨਵੇਂ ਸੁਨੇਹੇ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।